Hello everyone, my name is Harpreet. I am a regulated Canadian immigration consultant. I do practice here in Mississauga, Ontario. आज दी वीडियो ਦੇ ਵਿੱਚ ਜਿਹੜਾ ਮੈਂ ਟੌਪਿਕ ਡਿਸਕਸ ਕਰ ਰਿਹਾ ਹਾਂ ਉਹ ਹੈਗਾ ਹੈ ਸਿਕਿਉਰਿਟੀ ਗਾਰਡ ਦੇ ਰਿਲੇਟਡ। ਜੇ ਤੁਸੀਂ ਵੀ ਸਿਕਿਉਰਿਟੀ ਗਾਰਡ ਦਾ ਐਕਸਪੀਰੀਅੰਸ ਕੀਤਾ ਹੈ, ਚਾਹੇ ਉਹ ਸਟੱਡੀ ਦੇ ਦੌਰਾਨ ਸੀਗਾ, ਚਾਹੇ ਸਟੱਡੀ ਤੋਂ ਬਾਅਦ ਸੀ ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਆ ਗਿਆ ਸੀ, ਆਪਣੇ ਲਈ ਪੀਆਰ ਦੀ ਆਪਸ਼ਨਸ ਵੇਖ ਰਹੇ ਹੋ, ਤਾਂ ਕਿਸ ਤਰ੍ਹਾਂ ਤੁਸੀਂ ਸਿਕਿਉਰਿਟੀ ਗਾਰਡ ਦੇ ਆਪਣੇ ਐਕਸਪੀਰੀਅੰਸ ਨੂੰ ਯੂਜ਼ ਕਰਕੇ ਆਪਣੀ ਪੀਆਰ ਲੈ ਸਕਦੇ ਹੋ। ਇਸ ਵੀਡੀਓ ਦੇ ਵਿੱਚ ਮੈਂ ਇਨ ਡਿਟੇਲ 5 ਆਪਸ਼ਨਸ ਦੀ ਮੈਂ ਗੱਲ ਕਰਾਂਗਾ, ਜਿਹਦੇ ਰਾਹੀਂ ਤੁਸੀਂ ਆਪਣੀ ਪੀਆਰ ਦੀ ਆਪਸ਼ਨਸ ਵੇਖ ਸਕਦੇ ਹੋ। ਜੇ ਹਲੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਮੇਕ ਸ਼ੋਰ ਕਰੋ ਸਬਸਕ੍ਰਾਈਬ ਕਰ ਲਓ, ਬਿਕੋਜ਼ ਮੈਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਰਿਲੇਟਡ ਕਾਫੀ ਜ਼ਿਆਦਾ ਟੌਪਿਕ ਆਪਣੇ ਇਸ ਚੈਨਲ ਤੇ ਡਿਸਕਸ ਕਰਦਾ ਰਹਿਣਾ ਹੈ, ਤੇ ਵੀਡੀਓ ਨੂੰ ਲਾਈਕ ਕਰਨਾ ਵੀ ਨਾ ਭੁੱਲਿਓ। ਸੋ ਹੁਣ ਵੀਡੀਓ ਨੂੰ ਸਟਾਰਟ ਕਰਦੇ ਹਾਂ ਕਿ ਪਹਿਲੀ ਆਪਸ਼ਨ ਦੇ ਨਾਲ ਕਿ ਜਿਹਦੇ ਰਾਹੀਂ ਤੁਸੀਂ ਆਪਣੀ ਪੀਆਰ ਲੈ ਸਕਦੇ ਹੋ, ਉਹ ਹੈਗੀ ਨੋਵਾ ਸਕੋਸ਼ੀਆ ਸਕਿੱਲਡ ਵਰਕਰ ਸਟ੍ਰੀਮ। ਇਹਦੇ ਵਿੱਚ ਤੁਸੀਂ ਪੀਆਰ ਲੈਣ ਲਈ 3-4 ਪ੍ਰੀ ਰੈਕੁਇਜ਼ਿਟ ਇਹ ਵਾ ਵੀ ਪਹਿਲਾਂ ਤਾਂ 6 ਮੰਥ ਤੁਸੀਂ ਨੋਵਾ ਸਕੋਸ਼ੀਆ ਦੇ ਇੰਪਲਾਇਰ ਨਾਲ ਕੰਮ ਕਰਨਾ ਜ਼ਰੂਰੀ ਹੈ, ਲੋ ਆਈਲੈਟਸ ਦੀ ਰਿਕੁਆਇਰਮੈਂਟ ਹੈ, ਤੇ 1 ਸਾਲ ਦਾ ਵਰਕ ਐਕਸਪੀਰੀਅੰਸ ਕੀਤਾ ਹੋਣਾ ਜ਼ਰੂਰੀ ਹੈ ਇਸ ਸਿਕਿਉਰਿਟੀ ਗਾਰਡ ਦਾ, ਤੇ ਉਹਦੇ ਰੈਲੇਵੈਂਟ ਹੀ ਤੁਹਾਨੂੰ ਜੌਬ ਆਫਰ ਚਾਹੀਦੀ ਹੈ। ਹੁਣ ਉਹ ਸਿਕਿਉਰਿਟੀ ਗਾਰਡ ਦੇ ਰੈਲੇਵੈਂਟ ਜੌਬ ਆਫਰ ਹੋਣੀ ਜ਼ਰੂਰੀ ਹੈ, ਇਹ ਥੋੜੀਆਂ ਇਹਨਾਂ ਦੀ ਕੰਡੀਸ਼ਨ ਕਾਫੀ ਸਟ੍ਰਿਕਟ ਨੇ ਇਸ ਚੀਜ਼ ਨੂੰ ਲੈ ਕੇ। ਸੋ ਮੇਕ ਸ਼ੋਰ ਕਰੋ ਜਦੋਂ ਵੀ ਤੁਸੀਂ ਤੁਹਾਨੂੰ ਸਿਕਿਉਰਿਟੀ ਗਾਰਡ ਦੀ ਜੌਬ ਆਫਰ ਮਿਲਦੀ ਹੈ ਨੋਵਾ ਸਕੋਸ਼ੀਆ ਦੇ ਵਿੱਚ, ਤੁਹਾਡਾ 1 ਸਾਲ ਦਾ ਪ੍ਰਾਇਰ ਐਕਸਪੀਰੀਅੰਸ ਹੈ, ਤੁਸੀਂ ਇਸ ਆਪਸ਼ਨ ਨੂੰ ਅਵੇਲ ਕਰ ਸਕਦੇ ਹੋ ਇਸ ਪਾਥਵੇ ਦੇ ਰਾਹੀਂ। ਸੋ ਸੈਕੰਡ ਜਿਹੜੀ ਸਟ੍ਰੀਮ ਹੈ ਜਿਹਨੂੰ ਤੁਸੀਂ ਟਾਰਗੇਟ ਕਰ ਸਕਦੇ ਹੋ ਉਹ ਹੈਗਾ ਹੈ ਨਿਊ ਬ੍ਰੰਸਵਿਕ ਦੇ ਵਿੱਚ। ਨਿਊ ਬ੍ਰੰਸਵਿਕ ਦੇ ਵਿੱਚ ਵੀ ਸਿਮਿਲਰ ਟੂ ਨੋਵਾ ਸਕੋਸ਼ੀਆ ਇਹ ਪਾਥਵੇ ਹੈਗਾ ਹੈ। ਇਹਦੇ ਵਿੱਚ ਤੁਸੀਂ ਇੱਕ ਕੰਡੀਸ਼ਨ ਦਾ ਥੋੜਾ ਫਰਕ ਹੈ, 1 ਸਾਲ ਦਾ ਵਰਕ ਐਕਸਪੀਰੀਅੰਸ ਕੀਤਾ ਹੋਣਾ ਜ਼ਰੂਰੀ ਹੈ, ਐਜ਼ ਅ ਸਿਕਿਉਰਿਟੀ ਗਾਰਡ ਚੱਲ ਜਾਏਗਾ, ਬਟ ਤੁਹਾਨੂੰ ਜਿਹੜਾ ਐਨਓਸੀ ਲੈਵਲ ਹੈ ਸੀ ਦੇ ਵਿੱਚ ਆਉਂਦੀ ਹੈ ਸਿਕਿਉਰਿਟੀ ਗਾਰਡ ਦੀ ਜੋਬ 6541 ਜਿਹਨੂੰ ਕਹਿੰਦੇ ਨੇ। ਸੋ ਹੁਣ ਤੁਹਾਨੂੰ ਐਨਓਸੀ ਲੈਵਲ ਸੀ ਦੀ ਹੀ ਜੋਬ ਆਫਰ ਚਾਹੀਦੀ ਹੈ, ਨਾਟ ਓਨਲੀ ਕਿ ਰੈਲੇਵੈਂਟ ਹੀ ਜੋਬ ਹੋਵੇ, ਕੋਈ ਵੀ ਐਨਓਸੀ ਸੀ ਲੈਵਲ ਦੀ ਜੋਬ ਆਫਰ ਹੋ ਸਕਦੀ ਹੈ ਤੇ ਉਹ ਮੀਟ ਕਰ ਜੇਗੀ ਰਿਕੁਆਇਰਮੈਂਟ ਨੂੰ। ਸੋ ਥੋੜੀ ਕੰਡੀਸ਼ਨ ਇੱਥੇ ਡਿਫਰੈਂਟ ਨੇ, ਇਸ ਤੋਂ ਇਲਾਵਾ ਤੁਹਾਨੂੰ ਸਿਲੈਕਸ਼ਨ ਫੈਕਟਰ ਦੇ ਵਿੱਚ 60 ਸਕੋਰ ਵੀ ਕਰਨਾ ਪੈਂਦਾ ਹੈ। ਸੋ ਥੋੜੀਆਂ ਰਿਕੁਆਇਰਮੈਂਟ ਡਿਫਰੈਂਟ ਵੀ ਨੇ, ਬਟ ਕੁਝ ਵੀ ਨਾ ਕਿ ਦੇਖੀ ਤਾਂ ਸਿਮਿਲਰ ਵੀ ਨੇ। ਸੋ ਨੈਕਸਟ ਜਿਹੜੀ ਤੁਸੀਂ ਪਾਥਵੇ ਨੂੰ ਕੰਸੀਡਰ ਕਰ ਸਕਦੇ ਹੋ, ਜੇ ਤੁਸੀਂ ਪੀਆਈ ਚੋਂ ਜਾਂ ਪੀਆਈ ਮੂਵ ਕਰਨ ਦਾ ਸੋਚ ਰਹੇ ਹੋ, ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਕ੍ਰਿਟੀਕਲ ਵਰਕਰ ਸਟ੍ਰੀਮ ਵੀ ਚੰਗੀ ਆਪਸ਼ਨ ਹੈ। ਇਹਦੇ ਵਿੱਚ ਸੀ ਜਾਂ ਡੀ ਲੈਵਲ ਦੀ ਜੌਬ ਆਫਰ ਹੀ ਕੰਸੀਡਰ ਹੁੰਦੀ ਹੈ, 2 ਸਾਲ ਦਾ ਘੱਟੋ ਘੱਟ ਵਰਕ ਐਕਸਪੀਰੀਅੰਸ ਚਾਹੀਦਾ ਜਾਂ ਰੈਲੇਵੈਂਟ ਤੁਹਾਡੀ ਐਜੂਕੇਸ਼ਨ ਹੋਵੇ ਜਿਹੜਾ ਤੁਹਾਨੂੰ ਜੌਬ ਆਫਰ ਹੋ ਰਹੀ ਹੈ। ਸੀ ਜਾਂ ਡੀ ਲੈਵਲ ਦੀ ਜੌਬ ਆਫਰ ਹੋ ਸਕਦੀ ਹੈ, ਤੁਹਾਨੂੰ ਤੁਸੀਂ ਇਹਨੂੰ ਵਿੱਚ ਕੰਸੀਡਰ ਕਰ ਸਕਦੇ ਹੋ। ਸੋ ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਜਿਹੜਾ ਕਿ ਇਸ 4 ਪ੍ਰੋਵਿੰਸਿਸ ਜਿਹੜਾ ਕਿ ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਨਿਊ ਫਾਊਂਡਲੈਂਡ ਤੇ ਪ੍ਰਿੰਸ ਐਡਵਰਡ ਆਈਲੈਂਡ ਦਾ ਇੱਕ ਕਾਮਨ ਪ੍ਰੋਗਰਾਮ ਹੈ, ਇੱਕ ਫੈਡਰਲ ਦਾ ਪ੍ਰੋਗਰਾਮ ਹੈ, ਪ੍ਰੋਸੈਸਿੰਗ ਟਾਈਮ ਇਹਦੀ 12 ਮੰਥ ਹੀ ਹੈਗੀ। ਇਹਦੇ ਵੀ ਤੁਸੀਂ ਕਿਸ ਤਰ੍ਹਾਂ ਐਲੀਜੀਬਲ ਹੋ ਸਕਦੇ ਹੋ, 1 ਸਾਲ ਦਾ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਤਾਂ ਹੈ ਹੀ ਹੈ, ਜੌਬ ਆਫਰ ਦੀ ਰਿਕੁਆਇਰਮੈਂਟ ਥੋੜੀ ਜਿਹੀ ਅਲੱਗ ਹੈ ਬਾਕੀ ਪ੍ਰੋਵਿੰਸ ਦੇ ਪੀਐਨਪੀ ਪ੍ਰੋਗਰਾਮ ਦੇ ਨਾਲੋਂ। ਕੀ ਹੈ, ਤੁਹਾਨੂੰ 1 ਸਾਲ ਦਾ ਵਰਕ ਐਕਸਪੀਰੀਅੰਸ ਹੋਵੇ, ਜੌਬ ਆਫਰ ਤੁਹਾਨੂੰ ਮਿਲ ਸਕਦੀ ਹੈ, ਐਨਓਸੀ ਲੈਵਲ ਓ ਏ ਬੀ ਜਾਂ ਸੀ ਦੀ ਹੋ ਸਕਦੀ ਹੈਗੀ ਹੈ, ਉਹ ਕਿਸੇ ਤਰ੍ਹਾਂ ਕਿਸ ਤਰ੍ਹਾਂ ਦੀ ਜੌਬ ਇਸ ਆ ਸਕਦੀ ਹੈ, ਉਹ ਕੋਈ ਇਸ਼ੂ ਨਹੀਂ ਹੈਗਾ ਇਹਦੇ ਵਿੱਚ। 1 ਸਾਲ ਦੇ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਨੂੰ ਮੀਟ ਕਰਦੇ ਹੋ ਤੇ ਡੈਜ਼ਿਗਨੇਟਿਡ ਏਮਪਲਾਇਰ ਤਾਂ ਤੁਹਾਨੂੰ ਜੌਬ ਆਫਰ ਚਾਹੀਦੀ ਹੈ। ਹੁਣ ਇਹ ਇੱਕ ਇੱਥੇ ਇੰਟਰਸਟਿੰਗ ਚੀਜ਼ ਆ ਜਾਣਨ ਵਾਲੀ ਕਿ ਡੈਜ਼ਿਗਨੇਟਿਡ ਏਮਪਲਾਇਰ ਹਰ ਕੋਈ ਨਹੀਂ ਹੈਗਾ, ਉੱਥੇ ਇੱਕ ਸਰਟਨ ਏਮਪਲਾਇਰ ਹੈ ਜਿਹੜੇ ਡੈਜ਼ਿਗਨੇਟਿਡ ਹੈ, ਬਟ ਜੇ ਤੁਹਾਡਾ ਏਮਪਲਾਇਰ ਡੈਜ਼ਿਗਨੇਟਿਡ ਨਹੀਂ ਵੀ ਹੈ ਤਾਂ ਉਹ ਰਿਕੁਐਸਟ ਕਰ ਸਕਦੇ ਹਨ ਡੈਜ਼ਿਗਨੇਸ਼ਨ ਦੇ ਲਈ। ਹਰ ਇੱਕ ਪ੍ਰੋਵਿੰਸ ਦੇ ਵਿੱਚ ਇੱਕ ਅਥਾਰਟੀਜ਼ ਹੈ ਜਿਹੜੀਆਂ ਡੈਜ਼ਿਗਨੇਸ਼ਨ ਅਲਾਉ ਕਰਦੀਆਂ ਜਾਂ ਡੈਜ਼ਿਗਨੇਸ਼ਨ ਪ੍ਰੋਵਾਈਡ ਕਰਦੀਆਂ ਹੈ ਏਮਪਲਾਇਰ ਨੂੰ। ਸੋ ਉਹਨਾਂ ਨਾਲ ਤੁਹਾਡੇ ਏਮਪਲਾਇਰ ਨੂੰ ਤੁਸੀਂ ਰਿਕੁਐਸਟ ਕਰਨੀ ਪੈਣੀ ਹੈ, ਤਾਂ ਡੈਜ਼ਿਗਨੇਸ਼ਨ ਜਦੋਂ ਮਿਲ ਜਾਂਦੀ ਹੈ ਤਾਂ ਤੁਸੀਂ ਆਪਣੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ, ਐਂਡੋਰਸਮੈਂਟ ਸਰਟੀਫਿਕੇਟ ਮਿਲ ਜਾਂਦਾ, ਉਸ ਤੋਂ ਬਾਅਦ ਤੁਸੀਂ ਆਪਣੀ ਪੀਆਰ ਦੀ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ। ਬਟ ਵੈਸੇ ਡੈਜ਼ਿਗਨੇਟਿਡ ਏਮਪਲਾਇਰ ਦੀ ਕਾਫੀ ਵੱਡੀ ਲਿਸਟ ਹੈ, ਤੁਸੀਂ ਉਹਨੂੰ ਵੀ ਫੋਲੋ ਕਰ ਸਕਦੇ ਹੋ, ਦੇਖ ਕੇ ਜਦੋਂ ਤੁਹਾਨੂੰ ਜੌਬ ਆਫਰ ਮਿਲਦੀ ਹੈ ਕਿ ਤੁਹਾਡੀ ਜਿਹੜੀ ਜੌਬ ਹੈਗੀ ਉਹ ਇਹਦੇ ਵਿੱਚ ਐਲੀਜੀਬਲ ਕਰਦੀ ਹੈ ਡੈਜ਼ਿਗਨੇਟਿਡ ਏਮਪਲਾਇਰ ਤੋਂ ਜਾਂ ਨਹੀਂ। ਸੋ ਨੈਕਸਟ ਜਿਹੜੀ ਰਿਕੁਆਇਰਮੈਂਟ, ਨੈਕਸਟ ਜਿਹੜਾ ਸੋਰੀ ਪਾਥਵੇ ਜਿਹਨੂੰ ਤੁਸੀਂ ਕੰਸੀਡਰ ਕਰ ਸਕਦੇ ਹੋ ਉਹ ਹੈਗਾ ਰੂਰਲ ਨਾਰਦਰਨ ਇਮੀਗ੍ਰੇਸ਼ਨ ਪ੍ਰੋਗਰਾਮ। ਇਹ ਵੀ ਇੱਕ ਚੰਗਾ ਪਾਥਵੇ ਹੈਗਾ, ਫੈਡਰਲ ਦਾ ਪ੍ਰੋਗਰਾਮ 1 ਸਾਲ ਦੀ ਦੀ ਪ੍ਰੋਸੈਸਿੰਗ ਹੈ, ਓਨਟਾਰੀਓ ਦੇ 4-5 ਕਮਿਊਨਿਟੀ ਦੇ ਵਿੱਚ ਪਾਰਟਿਸਿਪੇਟ ਕਰਦੀਆਂ, ਇਹਦੇ ਵਿੱਚ ਅਲਬਰਟਾ ਦੇ ਵੀ ਕੁਝ ਟਾਊਨ ਨੇ, ਮੈਨੀਟੋਬਾ ਦੇ ਵੀ ਟਾਊਨ ਇਹਦੇ ਵਿੱਚ ਪਾਰਟਿਸਿਪੇਟ ਕਰਦੇ, ਬ੍ਰਿਟਿਸ਼ ਕੋਲੰਬੀਆ ਦੇ ਵੀ ਟਾਊਨ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਆ, ਬਟ ਸਾਰਿਆਂ ਨਾਲੋਂ ਜ਼ਿਆਦਾ ਓਨਟਾਰੀਓ ਦੇ ਵਿੱਚ, ਓਨਟਾਰੀਓ ਦੇ ਜਿਹੜੇ ਕਮਿਊਨਿਟੀਆਂ ਦੇ ਵਿੱਚ ਪਾਰਟਿਸਿਪੇਟ ਕਰਦੇ ਆ, ਜਿਵੇਂ ਕਿ ਹੋ ਗਿਆ ਨਾਰਥ ਵੇ, ਥੰਡਰ ਵੇ, ਸੋਸਨ ਮੈਰੀ, ਟਿਮਿੰਸ ਹੋ ਗਿਆ ਤੇ ਸਡਬਰੀ ਹੋ ਗਿਆ। ਸੋ 5 ਜਿਹੜੀ ਕਮਿਊਨਿਟੀਆਂ ਦੇ ਵਿੱਚ ਪਾਰਟਿਸਿਪੇਟ ਕਰਦੀਆਂ, ਸਾਰਿਆਂ ਨਾਲੋਂ ਵੱਧ ਗਿਣਤੀ ਦੇ ਵਿੱਚ ਜੌਬ ਆਫਰ ਜਿੱਥੇ ਵੀ ਮਿਲਦੀਆਂ ਹੈਗੀਆਂ ਉਹ ਥੰਡਰ ਵੇ ਅੱਜ ਦੀ ਡੇਟ 'ਚ ਆ ਰਹੀਆਂ। ਬਾਕੀ ਕਮਿਊਨਿਟੀ ਦੇ ਵਿੱਚ ਵੀ ਜੌਬ ਹੈ ਬਟ ਘੱਟ ਗਿਣਤੀ 'ਚ ਐਸ ਕੰਪੈਰੇਟਿਵਲੀ ਥੰਡਰ ਵੇ। ਥੰਡਰ ਵੇ ਦੇ ਵਿੱਚ ਤੁਸੀਂ ਜੌਬ ਲੈਣੀ ਹੈ ਤਾਂ ਗੋ ਟੂ ਥੰਡਰ ਵੇ ਡੋਟ ਸੀ ਨੂੰ ਫੋਲੋ ਕਰ ਸਕਦੇ ਹੋ, ਉਹਦੇ ਵਿੱਚ ਪ੍ਰੀ ਅਪਰੂਵਡ ਜੌਬ ਆਉਣੀਆਂ ਹੈ, ਕਾਫੀ ਜ਼ਿਆਦਾ ਸਿਕਿਉਰਿਟੀ ਦੀ ਜੌਬਸ ਵੀ, ਟਰੱਕ ਡਰਾਈਵਰ ਦੀਆਂ ਜੌਬਸ ਵੀ
इस लिंक नूं जरूर फॉलो करो go to thunderway.ca। इहदे विच एलिजिबल होने लई एक साल का एक्सपीरियंस चाहिए, जॉब ऑफर तुहानूं मिल सकती है एनओसी लैवल बी जां सी दी, जे तुसीं सी दा एक्सपीरियंस कीता। इदां दी कोई रिक्वायरमेंट नहीं कि सेम जॉब चाहिए सिक्योरिटी की, सिक्योरिटी के वर्क एक्सपीरियंस नूं तुसीं यूज कर सकते हो एनओसी बी या सी दी जॉब ऑफर लैण दे लई। सो यह सीगा मेरा डिटेल एनालिसिस 5 पीआर पाथवेज नूं लैके, किस तरह तुसीं अपने सिक्योरिटी गार्ड दे एक्सपीरियंस नूं यूज कर सकते हो। हर एक प्रोफाइल जिहड़ी यूनीक हुंदी है, हर एक प्रोफाइल दे जिहड़े बैकग्राउंड है अलग अलग हुंदी है, एजुकेशन एक्सपीरियंस स्किल अलग हुंदे नहीं। सो बेस्ड ऑन दैट ही एक इनफॉर्म डिसीजन तुहानूं मैं दे सकदा हां, बट एक जनरल थोनों मैं आइडिया दस रहा कि 5 पाथवेज राही तुसीं अपनी इमीग्रेशन पाथवेज जिहड़े है कनेडियन नूं कंसीडर कर सकते हो। सो आई होप कि मेरी वीडियो तुहानूं इनफॉर्मेटिव लगी होएगी। ज़्यादा जानकारी लई तुसीं मेरे नाल कंसल्टेशन भी बुक कर सकते हो। थैंक यू फॉर वॉचिंग।